ਮੰਤਰੀ ਜੀ ਨਾਲ ਬੜੀ ਸਕਾਰਾਤਮਕ ਮੁਲਾਕਾਤ ਹੋਈ ਹੈ। ਅਸੀਂ ਕਰੀਬ ਕਰੀਬ 2 ਮਹੀਨਿਆਂ ਤੋਂ ਚਿੱਠੀਆਂ ਲਿਖ ਰਹੇ ਸੀਗੇ ਕਿ 100 ਸਾਲਾ ਜਲ੍ਹਿਆਂਵਾਲੇ ਬਾਗ ਦਾ ਮਨਾਉਣ ਦਾ ਆ ਰਿਹਾ, ਅਤੇ ਮੰਤਰੀ ਜੀ ਨੇ ਦੱਸਿਆ ਕਿ ਜਲ੍ਹਿਆਂਵਾਲੇ ਬਾਗ ਦੇ ਲਈ ਟਰੱਸਟ ਹੈ ਉਹੀ ਨਿਰਣੇ ਲਊਗਾ, ਕਿਉਂਕਿ ਟਰੱਸਟ ਦੀ ਮਿਆਦ ਮੁੱਕ ਚੁੱਕੀ ਹੈ ਔਰ ਨਵੇਂ ਮੈਂਬਰ ਪੈਣੇ ਹੈ, ਇਸ ਕਰਕੇ ਹਜੇ ਕੋਈ ਨਿਰਣੇ ਨਹੀਂ ਲੈ ਸਕਦੇ। ਟਰੱਸਟ ਦੇ ਨਵੇਂ ਮੈਂਬਰ ਪਹਿਲਾਂ ਅਨਾਊਂਸ ਹੋਣਗੇ ਔਰ ਫਿਰ ਉਹ ਡਿਸਾਈਡ ਕਰਨਗੇ। ਪੰਜਾਬ ਸਰਕਾਰ ਐਜ਼ ਇਟ ਇਜ਼ ਆਪਣੇ ਤੌਰ ਦੇ ਉੱਤੇ ਕੁਛ ਨਹੀਂ ਕਰ ਸਕਦੀ। ਅਸੀਂ ਬਹੁਤ ਚਾਹੁੰਦੇ ਸੀ ਔਰ ਸਾਡੀ ਅੱਜ ਵੀ ਤਾਂਘ ਹੈ ਕਿ ਜਲ੍ਹਿਆਂਵਾਲੇ ਬਾਗ ਦਾ ਜਿਹੜਾ 100ਵਾਂ ਸਾਲ ਮਨਾਈਏ ਅਤੇ ਪੈਸੇ ਵੀ ਲੱਗਣ। ਦੂਸਰਾ, ਚੀਫ ਮਿਨਿਸਟਰ ਸਾਹਿਬ ਨੇ ਚਿੱਠੀ ਲਿਖੀ ਸੀ 2100 ਕਰੋੜ ਦੀ ਮੰਗ ਕਰਦੇ ਹੋਏ, ਅਤੇ ਉਹਦਾ ਵੀ ਕੋਈ ਹਲੇ ਇੰਨਾ ਕੋਈ ਪੋਜ਼ੀਟਿਵ ਜਵਾਬ ਨਹੀਂ ਆਇਆ। ਮਿਨਟਸ ਦੀ ਰਿਕਾਰਡਿੰਗ ਜਿਹੜੀ ਪੁਰਾਣੀ ਮੀਟਿੰਗ ਹੋਈ ਹੈ ਰਾਜਨਾਥ ਜੀ ਦੀ ਚੇਅਰਮੈਨਸ਼ਿਪ ਦੇ ਵਿੱਚ, ਉਹਦੇ 'ਚ ਕੋਈ ਐਡੀ ਪੋਜ਼ੀਟਿਵ ਗੱਲ ਨਹੀਂ। ਉਹਦੇ 'ਚ ਇਹੀ ਦੱਸਿਆ ਗਿਆ ਵੀ ਸਾਡੇ ਕੋਲ ਹਲੇ ਇੰਨੇ ਫਾਈਨੈਂਸ ਹੈ ਨਹੀਂ ਔਰ ਅਸੀਂ ਉਨਾ ਪੈਸਾ ਬਾਬਾ ਜੀ ਦੇ ਜਨਮਦਿਨ ਜ਼ਰੂਰ ਮਨਾਵਾਂਗੇ ਔਰ ਸਾਂਝੇ ਬਣਾਵਾਂਗੇ, ਲੇਕਿਨ ਸਾਡੇ ਕੋਲ ਪੈਸਾ ਉਨਾ ਹੈ ਨਹੀਂ ਗਾ ਟੂ ਪ੍ਰੋਵਾਈਡ ਫੋਰ ਬਾਬਾ ਨਾਨਕ। ਸੋ ਮੈਨੂੰ ਲੱਗਦਾ ਕਿ ਸਾਨੂੰ ਕਾਲ ਲੈਣੀ ਪਊ ਕਿਉਂਕਿ 6 ਮਹੀਨੇ ਰਹਿ ਗਏ ਆ। ਚੀਫ ਮਿਨਿਸਟਰ ਸਾਹਿਬ ਵੀ ਇਸ ਗੱਲ ਦੇ ਵਿੱਚ ਆਤੁਰ ਨੇ ਕਿ ਅਸੀਂ ਧੂਮਧਾਮ ਨਾਲ ਇਹ 100ਵਾਂ ਜਿਹੜਾ ਸੈਂਟਰਲੀ ਜਲ੍ਹਿਆਂਵਾਲਾ ਬਾਗ ਨੈਸ਼ਨਲ ਇੰਟੈਗਰੇਸ਼ਨ ਜਿੱਥੋਂ ਸ਼ੁਰੂ ਹੁੰਦੀ ਹੈ, ਜਿਹੜੀ ਬੁਨਿਆਦ ਹੈ, ਜਿਹੜੀ ਜੜ੍ਹ ਹੈ ਨੈਸ਼ਨਲ ਇੰਟੈਗਰੇਸ਼ਨ ਦੀ, ਉਹ ਜਲ੍ਹਿਆਂਵਾਲਾ ਬਾਗ ਤੋਂ ਸ਼ੁਰੂ ਹੁੰਦੀ ਹੈ। ਲੇਕਿਨ ਸਾਡੇ ਚਿੱਠੀਆਂ ਲਿਖਣ ਦੇ ਬਾਵਜੂਦ ਹਜੇ ਤੱਕ ਮਤਲਬ ਪਿਛਲੇ 5-10 ਸਾਲਾਂ ਤੋਂ ਕਿਸੇ ਸਰਕਾਰ ਨੇ ਉੱਥੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਕਿ ਇਹ 100ਵਾਂ ਸਾਲ ਜਿਹੜਾ ਹੈਗਾ ਇਹ ਸਪੈਸ਼ਲ ਬਣ ਸਕੇ। ਸੋ ਸਾਡੀ ਇਹ ਗੁਜ਼ਾਰਿਸ਼ ਸੀਗੀ ਸਰਕਾਰ ਨੂੰ ਕਿ 100ਵੇਂ ਸਾਲ ਦੇ ਲਈ 6 ਮਹੀਨੇ ਰਹਿ ਗਏ ਔਰ ਅਗਰ 6 ਮਹੀਨੇ ਅਸੀਂ ਜਾਗੇ ਨਹੀਂ ਕਾਕਾ, 100 ਮਹੀਨੇ ਅਗਰ 100 ਸਾਲ ਦੇ ਲਈ ਅਸੀਂ ਜਲਦੀ ਜਾਗੇ ਨਹੀਂ ਤਾਂ ਫਿਰ ਇਹਦੇ ਟੈਂਡਰ ਵੀ ਲੱਗਣੇ ਹੈ, ਇਹਦਾ VR ਸ਼ੋਅ ਵੀ ਹੋਣਾ ਹੈ ਔਰ ਬਹੁਤ ਕੁਛ ਐਸਾ ਅਸੀਂ ਸੋਚ ਰੱਖਿਆ ਸੀਗਾ। ਲੇਕਿਨ ਇੱਥੋਂ ਰਿਪਲਾਈ ਇਹੀ ਮਿਲਿਆ ਕਿ ਜਦ ਤੱਕ ਟਰੱਸਟ ਬਣਦਾ ਨਹੀਂ ਔਰ ਟਰੱਸਟ ਉਹਨੂੰ ਅਪਰੂਵ ਕਰਦਾ ਨਹੀਂ ਤਾਂ ਉੱਥੇ ਕੋਈ ਇੱਟ ਵੀ ਨਹੀਂ ਲਾ ਸਕਦਾ ਬਿਨਾਂ। ਨਹੀਂ ਹੈ ਇਹ ਤਾਂ ਨਹੀਂ ਮੈਂ ਕਹਿਣਾ ਚਾਹੁੰਦਾ, ਕਿਉਂਕਿ ਅਸੀਂ ਆਪਣੇ ਵੱਲੋਂ ਜੋ ਪ੍ਰਯਾਸ ਕਰਨੇ ਆ ਉਹ ਕਰ ਰਹੇ ਹਾਂ, ਲੇਕਿਨ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਜਿਸ ਤਰ੍ਹਾਂ ਲਾਲ ਕਿਲ੍ਹੇ ਦਾ ਕ੍ਰਿਟੀਸਿਜ਼ਮ ਹੋਇਆ ਠੇਕੇ ਦੇ ਉੱਤੇ, ਅਸੀਂ ਕਿਉਂਕਿ ਸਾਡੇ ਕਿਸੇ ਵੀ ਜਿਹੜਾ ਮੋਨੂਮੈਂਟ ਹੈ ਉੱਥੇ ਅਸੀਂ ਟਿਕਟਾਂ ਨਹੀਂ ਲੱਗੀਆਂ, ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਨੇ 5-7 ਰੁਪਏ ਕਿਸੇ ਵਾਰ ਮੈਮੋਰੀਅਲ ਦੇ ਉੱਤੇ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ ਉਹ ਲੱਗੀਆਂ ਹੋਈਆਂ ਨੇ। ਚਾਹੇ ਕੋਈ ਜਗ੍ਹਾ ਹੋਵੇ ਸਾਡੀ ਸਵਾਏ ਜੰਗੇ ਆਜ਼ਾਦੀ ਦੇ ਜਿਹੜੀ ਨਵੀਂ ਬਣੀ ਹੈ, ਅਸੀਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਖਾਸ ਤੌਰ ਦੇ ਉੱਤੇ ਐਂਟਰੀ ਕੋਈ ਟਿਕਟ ਜਾਂ ਕੋਈ ਮਤਲਬ ਉਹਨੂੰ ਕਮਰਸ਼ੀਅਲ ਐਕਟੀਵਿਟੀ ਦੇ ਵਿੱਚ ਕਨਵਰਟ ਨਹੀਂ ਕਰਨਾ ਚਾਹੁੰਦੇ। ਸੋ ਦੇਅਰਫੋਰ ਦੈਟ ਵਾਸ ਦੀ ਓਨਲੀ ਓਬਜੈਕਸ਼ਨ ਦੈਟ ਵੀ ਹੈਡ ਇਨ ਆਰ ਮਾਈਂਡ। ਗੱਲਾਂ ਹੋਈਆਂ ਨੇ ਐਂਡ ਆਈ ਫੀਲ ਦੈਟ ਇਨ ਦੀ ਨੈਕਸਟ 1 ਮੰਥ ਵੀ ਵਿਲ ਬੀ ਏਬਲ ਟੂ ਕਮ ਟੂ ਅ ਕੰਕਰੀਟ ਕੰਕਲੂਜਨ ਕਿ ਅਸੀਂ ਕਿਹੜੀ ਰਾਹ ਦੇ ਉੱਤੇ ਤੁਰਨਾ ਹੈ, ਕਿਉਂਕਿ ਸਾਡੇ ਕੋਲ ਵਕਤ ਸਿਰਫ 6 ਮਹੀਨੇ ਦਾ। ਸਰ ਇੱਕ ਆਡੀਓ ਵਾਇਰਲ ਹੋ ਰਿਹਾ ਹੈ ਆਪਕੀ ਵਾਈਫ ਕੋ ਉਸਨੇ ਨੌਕਰੀ ਜਲ੍ਹਿਆਂਵਾਲੇ ਬਾਗ ਕਾ ਉਸਕੇ ਸਾਥ ਕਿਆ ਕੰਸਰਨ ਹੈ ਬੇਟਾ? ਮੈਂ ਦੂਸਰਾ ਸਰ ਇਹ ਦੂਸਰਾ ਤੋ ਇਹ ਜ਼ਰੂਰੀ ਤੋ ਨਹੀਂ ਮੈਂ ਹਰੀ ਮਾਤ ਤੁਹਾਡੀ ਬਾਤ ਕਾ ਜਵਾਬ ਦੂੰ। ਹੈ ਜਲ੍ਹਿਆਂਵਾਲਾ ਬਾਗ ਕੀ ਬਾਤ ਕਰ, ਕੋਈ ਬੜੀ ਬਾਤ ਕਰ,